ਕਿਰਨਾਂ ਨਸ਼ੇਰੇ ਵਿੱਚ ਖਾਣ ਨੂੰ ਜਿਹੜੇ ਟੁੱਟਦਾ ਸੀ ਕੰਧਾਰਾਂ ਵੱਲੋਂ ਟੁੱਟ ਕੇ ਉੱਥੇ ਤੇ ਕਰੀਦਾ ਸਪੋਰਟ सो वेलकम बैक गाइस की आज सब तो फुल सारे वधिया होवोंगे छुट्टी मिल चुकी है कॉलेज तो दिवाली वाले हफ्ता का फिर रेगुलर रहेंगे उस तो बाद फिर मतलब खराब हो जाएगा थोड़ा शेड्यूल जा ते पर एंटरटेन आप थोड़ा करते रहेंगे स्टार्ट करते हैं विरासत संधू पुराना पंजाब चैप्टर टू यानी कि भाग दो आ चुके हैं फुल वीडियो सुख बराड़ का म्यूजिक आ सतगुर सिंह बीरे दे ही लिरिक्स ने यानी कि इदा लगता है कि जिवें बीरे ने पूरे भाग लिखे हुए ने चारे ते उही कर रहे ने अजो स्टार्ट करते हैं तो देखिए भला की चीज़ है कि होर की सीखने मिलता सानू साडे मतलब इतिहास बारे की नवा कुछ पता लगता है आजो ਪਠਾਣੀ ਤੋਪ ਵਰਗਾ ਕਾਂਬੇ ਛੇੜ ਦਿੰਦਾ ਹੁੰਦਾ ਸੀ ਪਿਛੋਰ ਨੂੰ ਉਹ ਲਿਖ ਰੁਕੀਆਂ ਦੇ ਉੱਤੇ ਸਰਦਾਰ ਜੀ ਉਹ ਲਾਟ ਭੇਜਦਾ ਸੀ ਤੋਹਫੇ ਕੀ ਲਾਹੌਰ ਨੂੰ ਉਹਦੀ ਸਤਲੁਜ ਟੱਪ ਕੇ ਨਾ ਕੰਪਨੀਓ ਕੰਪਨੀ ਆਪਾਂ ਸਭ ਨੂੰ ਪਤਾ ਹੀ ਹੈ ਈਸਟ ਇੰਡੀਆ ਕੰਪਨੀ ਹੈ ਨਾ ਕਿ ਮਤਲਬ ਸਤਲੁਜ ਟੱਪ ਕੇ ਅੱਗੇ ਮਹਾਰਾਜਾ ਰਣਜੀਤ ਸਿੰਘ ਦਾ ਆਪਣਾ ਹੁੰਦਾ ਸੀ ਨਾ ਸਾਰਾ ਰਾਜ ਤੇ ਮਤਲਬ ਗੋਰੇ ਕਾਫੀ ਹੱਦ ਤੱਕ ਮਤਲਬ ਪੰਜਾਬ ਨੂੰ ਬਹੁਤ ਟਾਈਮ ਬਾਅਦ ਉਹਨਾਂ ਨੇ ਰਾਜ ਕਾਇਮ ਕੀਤਾ ਸੀ ਪੰਜਾਬ ਦੇ ਉੱਤੇ ਖਾਸ ਕਰਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋ ਗਈ ਸੀਗੀ ਉਹਦੀ ਸਤਲੁਜ ਟੱਪ ਕੇ ਨਾ ਕੰਪਨੀ ਉਹ ਕਿਤੇ ਚੜਤਾ ਨਾ ਤਾਪ ਰਣਜੀਤ ਨੂੰ ਉਹ ਸਾਰੀ ਦੁਨੀਆ ਦਾ ਫਿਰੇ ਬਾਪ ਬਣਿਆ ਉਹ ਗੋਰਾ ਮੰਨਦਾ ਸੀ ਬਾਪ ਰਣਜੀਤ ਨੂੰ ਉਹ ਸਾਰੀ ਦੁਨੀਆ ਦਾ ਫਿਰੇ ਬਾਪ ਬਣਿਆ ਉਹ ਗੋਰਾ ਮੰਨਦਾ ਸੀ ਬਾਪ ਰਣਜੀਤ ਨੂੰ ਗੋਰਾ ਮੰਨਦਾ ਸੀ ਬਾਪ ਰਣਜੀਤ ਨੂੰ ਇਨ ਦਾ ਸੈਂਸ ਜਿਵੇਂ ਮੈਨੂੰ ਫੀਲ ਹੋ ਰਿਹਾ ਉਹ ਇੱਦਾਂ ਫੀਲ ਹੋ ਰਿਹਾ ਕਿ ਜਿਵੇਂ ਕਿ ਗੋਰੇ ਸੀ ਜਿਵੇਂ ਹੁਣ ਲਾਰਡ ਡਲਹੌਜ਼ੀ ਹੋ ਗਿਆ ਠੀਕ ਹੈ ਇਹ ਬਹੁਤ ਤਗੜੇ ਕਿੰਗ ਸੀ ਜਾਂ ਬਹੁਤ ਤਗੜੇ ਮਤਲਬ ਇਹ ਲੋਕ ਸੀਗੇ ਜਿਵੇਂ ਕਹਿੰਦੇ ਆ ਨਾ ਇਹਨਾਂ ਨੇ ਸਾਰੀ ਦੁਨੀਆ ਡਰਦੀ ਸੀ ਇਹਨਾਂ ਦੇ ਅੱਗੇ ਇਹਨਾਂ ਦੇ ਅੱਗੇ ਸਿਰ ਝੁਕਾਇਆ ਜਾਂਦਾ ਸੀਗਾ ਅਤੇ ਇਹ ਲੋਕ ਮਹਾਰਾਜਾ ਰਣਜੀਤ ਸਿੰਘ ਤੋਂ ਡਰਦੇ ਹੁੰਦੇ ਸੀਗੇ ਕਿ ਬਹੁਤ ਖਤਰਨਾਕ ਚੀਜ਼ ਸੀ ਮਹਾਰਾਜਾ ਰਣਜੀਤ ਸਿੰਘ ਠੀਕ ਆ ਕਿ ਨਾ ਮਤਲਬ ਡਰਦੇ ਵੀ ਸੀਗੇ ਬਟ ਰਿਸਪੈਕਟ ਵੀ ਕਰਦੇ ਸੀਗੇ ਜਿਵੇਂ ਬਲੈਕ ਪ੍ਰਿੰਸ ਜੇ ਤੁਸੀਂ ਧਿਆਨ ਨਾਲ ਦੇਖੀ ਹੋਵੇ ਤਾਂ ਉਹਨਾਂ ਨੇ ਦੱਸਿਆ ਵੀ ਸੀਗਾ ਕਿ ਤੇਰੇ ਪਿਓ ਦੀ ਗੋਰੇ ਇੱਜ਼ਤ ਬਹੁਤ ਕਰਦੇ ਸੀਗੇ ਕਿ ਹੀ ਵਾਜ ਦ ਗ੍ਰੇਟੈਸਟ ਕਿੰਗ ਐਵਰ ਇਨ ਦਾ ਵਰਲਡ ਮਤਲਬ ਇਹ ਗੋਰੇ ਕਹਿੰਦੇ ਨੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਜਿਵੇਂ ਮਤਲਬ ਕਿ ਬਹੁਤ ਮਤਲਬ ਗੱਦੀ ਦੇ ਪੰਗੇ ਪਏ ਸੀਗੇ ਜਿਵੇਂ ਬਾਅਦ ਚੋਂ ਜਿਹੜਾ ਦਲੀਪ ਸਿੰਘ ਸੀਗਾ ਉਹਦਾ ਮਾਮਾ ਯਾਨੀ ਕਿ ਜਿਵੇਂ ਮਹਾਰਾਣੀ ਜਿੰਦ ਕੌਰ ਸੀਗੀ ਉਹਨਾਂ ਦੇ ਭਰਾ ਸੀਗੇ ਜਿਹੜੇ ਉਹ ਵੀ ਗੱਦੀ 'ਤੇ ਬਿਠਾਏ ਗਏ ਸੀਗੇ ਦਲੀਪ ਸਿੰਘ ਵੀ ਬਿਠਾਏ ਗਏ ਸੀਗੇ ਅਤੇ ਡੋਗਰੇ ਡੁਗਰਿਆਂ ਹੋਰਾਂ ਨੇ ਵੀ ਮਤਲਬ ਥੋੜ੍ਹੇ ਬਹੁਤੇ ਬਹੁਤ ਪੰਗੇ ਹੋਏ ਸੀਗੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਰਾ ਪੰਜਾਬ ਖਿੰਡ ਗਿਆ ਸੀਗਾ ਮਿਸਲਾਂ ਦੇ ਵਿੱਚ ਫਿਰ ਉਹੀ ਮਤਲਬ ਪੰਗੇ ਪੈਣ ਲੱਗ ਗਏ ਸੀਗੇ ਕਿਉਂਕਿ ਮਿਸਲਾਂ ਬਹੁਤ ਔਖੇ ਤਰੀਕੇ ਨਾਲ ਇਕੱਠੀਆਂ ਕੀਤੀਆਂ ਗਈਆਂ ਸੀਗੀਆਂ ਹੈ ਨਾ ਅਤੇ ਅੱਗੇ ਆਪਾਂ ਸੁਣਦੇ ਹਾਂ ਜੰਗਨਾਮਾ ਬੈਕ ਕਰਕੇ ਦੇਖੀਏ ਮਾੜਾ ਜਿਹਾ ਕੀ ਲਿਖਿਆ ਲੈਟਰ ਦੇ ਉੱਤੇ ਇਹ ਤਾਂ ਸਾਰਾ ਗੜੀ ਵਾਲੇ ਜੰਗ ਵਾਲੀ ਦੀ ਪਿਕਚਰ ਹੈ ਜਿਹੜੇ 21 ਵਰਸਿਸ 10,000 ਦਾ ਆਪਾਂ ਸਭ ਨੂੰ ਪਤਾ ਹੀ ਆ ਸਰਦਾਰੀਆਂ ਤੇ ਪਹੁੰਚ ਕੇ ਡਾਕਟਰ ਗੰਡਾ ਸਿੰਘ ਜੀ ਦੀ ਐਡੀਟਡ ਐਂਡ ਸਮਰਾਈਜ਼ਡ ਓਕੇ ਜੰਗਨਾਮਾ ਕਾਜ਼ੀ ਨੂਰ ਮੁਹੰਮਦ ਜੰਗਨਾਮਾ ਗਿਵਿੰਗ ਐਨ ਅਕਾਊਂਟ ਟੂ ਦ 7th ਇਨਵੇਜ਼ਨ ਆਫ ਅਹਿਮਦ ਸ਼ਾਹ ਦੁਰਾਨੀ ਓਕੇ ਅਤੇ ਸਿੱਖ ਹਿਸਟਰੀ ਰਿਸਰਚ ਡਿਪਾਰਟਮੈਂਟ ਦੇ ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਪਈਆ 1939 'ਚ ਪਬਲਿਸ਼ ਹੋਈ ਸੀਗੀ ਡਾਕਟਰ ਗੰਡਾ ਸਿੰਘ ਜੀ ਦੇ ਦੁਆਰਾ ਅਤੇ ਕਦੀ ਟਾਈਮ ਮਿਲਿਆ ਮਤਲਬ ਥੋੜ੍ਹਾ ਇੱਛਾ ਜਾਗੀ ਦਿਲੋਂ ਜਿਵੇਂ ਕਹਿੰਦੇ ਨਾ ਕਿ ਮਤਲਬ ਕਿਉਂਕਿ ਬਹੁਤ ਜ਼ਿਆਦਾ ਬੁੱਕਸ ਨੇ ਬਹੁਤ ਕੁਛ ਹੈ ਡਾਕਟਰ ਗੰਡਾ ਸਿੰਘ ਤਾਂ ਮਤਲਬ ਬਹੁਤ ਕੈਂਟ ਚੀਜ਼ ਨੇ ਡਾਕਟਰ ਗੰਡਾ ਸਿੰਘ ਕਹਿੰਦੇ ਕਿ ਪ੍ਰੋਫੈਸਰ ਗੰਡਾ ਸਿੰਘ ਕਹਿੰਦਾ ਮੈਨੂੰ ਇੰਨਾ ਯਾਦ ਨਹੀਂ ਹੈਗਾ ਕਿਉਂਕਿ ਇੱਥੇ ਇਕੱਲਾ ਗੰਡਾ ਸਿੰਘ ਲਿਖਿਆ ਹੋਇਆ ਅਤੇ ਪਰ ਚਲੋ ਕੋਈ ਨਹੀਂ ਆਪਾਂ ਅੱਗੇ ਦੇਖਦੇ ਹਾਂ ਨਾਈਸ 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 ਖਾਣ ਨੂੰ ਖੇਪਰ ਤੇ
ਇਹ ਮੈਨੂੰ ਇੰਨਾ ਕਲੀਅਰ ਨਹੀਂ ਹੈ ਕਿ ਚੋਰਾਂ ਵਾਂਗੂ ਫਿਰ ਪੁੱਤ ਲੁਕਦਾ ਇਹ ਕੀ ਸੀ ਨਾ, ਮਤਲਬ ਕਿ ਮਤਲਬ ਇਹ ਅਫਗਾਨਾਂ ਨਾਲ ਜੰਗਦਾ ਹੈ ਜਿਵੇਂ, ਮਤਲਬ ਕਿ ਜਦੋਂ ਆਪਣਾ ਹਰੀ ਸਿੰਘ ਨਲੂਆ ਜੀ ਨੇ ਮਤਲਬ ਫਤਿਹ ਕਰ ਲਿਆ ਸੀਗਾ ਮੁਲਤਾਨ ਅਫਗਾਨ ਤਾਂ ਆਪਾਂ ਕਹਿ ਸਕਦੇ ਹਾਂ, ਤੇ ਖੈਬਰ ਤੇ ਜਿਵੇਂ ਮੰਜਾ ਡਾ ਕੇ ਬਹਿੰਦੇ ਹੁੰਦੇ ਸੀ ਆਪਾਂ ਸੁਣਿਆ ਪਿਛਲੇ ਭਾਗ 'ਚ ਵੀ, ਤੇ ਉੱਥੇ ਮਤਲਬ ਇਹ ਸੀ ਨਾ ਕਿ ਜਿਹੜਾ ਮਤਲਬ ਉੱਥੇ ਦਾ ਰਾਜਾ ਸੀਗਾ ਹੈ ਨਾ, ਉਹਨੂੰ ਜਦੋਂ ਹਰਾਤਾ ਸੀਗਾ ਉੱਥੋਂ ਬਾਅਦ ਜਿਹੜਾ ਉਹਦਾ ਪੋਤਾ ਸੀਗਾ ਉਹ ਲੁਕਦਾ ਫਿਰਦਾ ਸੀਗਾ ਸ਼ਾਇਦ, ਮਤਲਬ ਇੱਦਾਂ ਦਾ ਕੁਛ ਹੈ। ਤੇ ਜਾਂ ਦੂਜੀ ਗੱਲ ਇੱਦਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਵਾਲਾ ਸੀਨ ਸੀਗਾ, ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਡੈਡ ਨੂੰ ਜਿਨ੍ਹਾਂ ਨੇ ਮਾਰਤਾ ਸੀਗਾ ਪਿਤਾ ਨੂੰ, ਠੀਕ ਹੈ, ਤੇ ਉਦੋਂ ਮਹਾਰਾਜਾ ਰਣਜੀਤ ਸਿੰਘ ਛੋਟੀ ਉਮਰ 'ਚ ਵੀ ਲੜਨ ਚੱਲ ਗਏ ਸੀਗੇ ਤੇ ਜਿੱਤ ਕੇ ਮੁੜੇ ਸੀਗੇ, ਤੇ ਉਦੋਂ ਦਾ ਸੀਨ ਆ। ਮਤਲਬ ਮੈਨੂੰ ਕਨਫਰਮ ਨਹੀਂ ਹੈਗਾ, ਜੇ ਕਿਸੇ ਨੂੰ ਕਨਫਰਮ ਆ ਜ਼ਰੂਰ ਮੈਨੂੰ ਕਮੈਂਟ 'ਚ ਦੱਸਿਓ, ਬਾਕੀ ਨਹੀਂ ਤਾਂ ਫਿਰ ਐਕਸਪਲੇਨੇਸ਼ਨ ਵੀਡੀਓ ਤਾਂ ਸਭ ਨੇ ਪਾਈ ਹੋਈ ਆ, ਉਹ ਆਪਾਂ ਸਭ ਜਣੇ ਦੇਖਾਂਗੇ। ਮਤਲਬ ਉਹਦਾ ਮੈਂ ਰਿਐਕਸ਼ਨ ਨਹੀਂ ਪਾਊਂਗਾ, ਉਹ ਤੁਸੀਂ ਵੀ ਦੇਖਿਓ ਮੈਂ ਵੀ ਦੇਖੂੰਗਾ, ਠੀਕ ਆ। ਤੇ ਅੱਗੇ ਚੱਲਦੇ ਹਾਂ। ਸਿੰਘ ਬੱਬਰ ਤੇ ਪੜਿਓ ਕਿਵੇਂ ਹੌਲਦਾਰ ਮਾਰਿਆ ਰੁਮਾਲ ਮੰਗ ਕੇ ਉਹ ਜਾਗੀ, ਹੌਲਦਾਰ ਮਾਰਿਆ ਰੁਮਾਲ ਮੰਗ ਕੇ। ਇਹ ਬੱਬਰ ਜਿਹੜੇ ਹੁੰਦੇ ਸੀ ਨਾ, ਇਹ ਨਾ ਮਤਲਬ ਕਿ ਡਰਦੇ ਨਹੀਂ ਸੀ ਹੁੰਦੇ ਛੇਤੀ ਕੀਤੇ, ਠੀਕ ਆ। ਤੇ ਇਹ ਨਾ ਇਹਨਾਂ ਦਾ ਇੱਕ ਉਹ ਹੁੰਦਾ ਸੀਗਾ ਜਿਵੇਂ ਨਾ ਆਪਣੇ ਕੋਲ ਬੰਬ ਰੱਖਦੇ ਹੁੰਦੇ ਸੀਗੇ, ਇਹ ਜਿਵੇਂ ਕਹਿ ਸਕਦੇ ਨਾ ਆਪਾਂ ਕਿ ਹਿਊਮਨ ਬੋਂਬ ਆਪਣੇ, ਹੈ ਨਾ ਹਿਊਮਨ ਬੋਮ ਆਪਾਂ, ਸਾਨੂੰ ਪਤਾ ਹੀ ਹੈ ਕਿ ਜਿਵੇਂ ਅੱਜ ਕੱਲ੍ਹ ਚਲੋ ਜੈਕਟ ਪਾ ਲੈਂਦੇ ਆ, ਪਰ ਇਹ ਆਪਣੇ ਕੋਲ ਬੰਬ ਰੱਖਦੇ ਹੁੰਦੇ ਸੀਗੇ ਕਿ ਕਦੀ ਵੀ ਲੋੜ ਪਈ ਤੇ ਅਸੀਂ ਜਿਹੜਾ ਸਾਹਮਣੇ ਵਾਲਾ ਆ ਉਹਨੂੰ ਅਸੀਂ ਆਪ ਹੀ ਆਪਣੇ ਮੈਨੂੰ ਬੰਬ ਬੰਨ ਕੇ, ਮਤਲਬ ਆਪਣਾ ਬੰਬ ਫੋੜ ਕੇ ਤੇ ਸਾਹਮਣੇ ਵਾਲੇ ਨੂੰ ਵੀ ਮਾਰ ਦੇਣਾ ਹੋਇਆ, ਹੈ ਨਾ। ਸੋ ਉੱਦਾਂ ਇਹਨਾਂ ਨੇ ਰੁਮਾਲ ਮੰਗਿਆ ਸੀਗਾ ਕਿਉਂਕਿ ਇਹਨਾਂ ਦੀ ਨਾ ਅੱਖਾਂ ਤੋਂ ਬਹੁਤ ਡਰ ਲੱਗ ਰਿਹਾ ਸੀਗਾ, ਇਹਨਾਂ ਦਾ ਜਿਹੜਾ ਅੱਗੇ ਵਿਰੋਧੀ ਸੀਗਾ, ਤੇ ਉਹ ਫਿਰ ਕਹਿੰਦਾ ਸੀਗੇ ਕਿ ਇਹਦੇ ਅੱਖਾਂ ਬੰਦ ਹੋ, ਠੀਕ ਆ। ਤੇ ਫਿਰ ਇਹ ਕਹਿੰਦੇ ਕਿ ਜੇ ਇੰਨੀ ਗੱਲ ਹੈ ਤੇ ਤੂੰ ਆਪ ਬੰਨ, ਉਹਨੇ ਮਤਲਬ ਆਪਣੇ ਸਿਪਾਹੀ ਨੂੰ ਕਿਹਾ ਸੀ ਅੱਗੇ, ਤੇ ਉਹ ਬੰਨਣਾ ਆਉਂਦਾ ਤੇ ਰੁਮਾਲ ਉਹਦਾ ਖਿੱਚ ਕੇ ਨਾ ਇੱਕਦਮ ਮਤਲਬ ਕਿ ਜਿਵੇਂ ਉਹਨੂੰ ਇੱਕਦਮ ਲਾਗੇ ਆਉਂਦਾ ਹੁੰਦਾ, ਜਿਵੇਂ ਇੱਕਦਮ ਇੱਦਾਂ ਆਪਣੀ ਬਾਹ ਕਰ ਦਿੰਦੇ ਆ ਤੇ ਉਹ ਫੁੱਟ ਜਾਂਦਾ ਆ, ਠੀਕ ਆ। ਤੇ ਮਤਲਬ ਉੱਥੇ ਮਤਲਬ ਇਹ ਬੱਬਰਾਂ ਦੀ ਜਿਹੜੀ ਪੂਰੀ ਇਹਨਾਂ ਦੀ ਜਿਹੜੀ ਟਾਈਮ ਪੀਰੀਅਡ ਜਾਂ ਇਹਨਾਂ ਦੀਆਂ ਕਹਾਣੀਆਂ ਨੇ ਉਹਦੇ ਵਿੱਚੋਂ ਵਨ ਆਫ ਦਾ ਫਾਈਨੈਸਟ ਚੀਜ਼ ਸੀਗੀ ਜਿਹੜੀ ਗਾਣੇ ਦੇ ਵਿੱਚ ਦੱਸੀ ਗਈ ਹੈ। ਕਿਆ ਬਾਤ, ਜਾਗੀ ਉੱਤੇ ਛੱਡ ਗਈ ਮਸਾਲੇ ਵੱਖਰੀ, ਉਹ ਲੜ ਕੇ ਸੀ ਮੋਢੇ ਤੇ ਜਵਾਕ ਟੰਗ ਕੇ, ਹੁਣ ਭੁੱਲੇ ਕੱਟਣਾ ਬਲੈਕ ਹੋਲ ਦੀ, ਬਲੈਕ ਹੋਲ ਦੀ ਘਟਨਾ। ਸੋਰੀ ਮੈਂ ਬਾਰ ਬਾਰ ਰੋਕ ਰਿਹਾ ਬਟ ਚੀਜ਼ਾਂ ਬਹੁਤ ਨੇ। ਬਲੈਕ ਹੋਲ ਦੀ ਘਟਨਾ ਇੱਦਾਂ ਸੀਗੀ, ਕੋਲਕਾਤਾ ਵਿੱਚ ਨਾ ਇੱਕ ਮਹਿਲ ਹੁੰਦਾ ਸੀਗਾ, ਮੇਰੇ ਮਹਿਲ ਦਾ ਨਾਮ ਤਾਂ ਭੁੱਲ ਗਿਆ, ਤੇ ਮੁਸਲਿਮ ਉੱਥੇ ਨਾ ਗੋਰਿਆਂ ਦਾ ਰਾਜ ਸੀ, ਮਤਲਬ ਗੋਰਿਆਂ ਦਾ ਮਹਿਲ ਸੀਗਾ ਉਹ ਕਲਕੱਤਾ ਦੇ ਵਿੱਚ ਆਪਣੇ ਇੰਡੀਆ 'ਚ। ਤੇ ਉੱਥੇ ਨਾ ਮਤਲਬ ਕਿ ਮੁਸਲਮਾਨਾਂ ਨੇ ਹਮਲਾ ਕੀਤਾ ਸੀਗਾ, ਤੇ ਜਿਹੜੇ ਇਹਨਾਂ ਦੇ ਜਿਹੜਾ ਇਹਨਾਂ ਦਾ ਮੇਨ ਲੀਡਰ ਸੀਗਾ ਗੋਰਿਆਂ ਦਾ ਉਹ ਤਾਂ ਭੱਜ ਗਿਆ ਸੀਗਾ, ਤੇ ਜਿਹੜੇ ਸਿਪਾਹੀ ਸੀਗੇ ਉਹ ਇਹਨਾਂ ਨੇ ਨਾ ਇੱਕ ਇਹੋ ਜਿਹੇ ਛੋਟੇ ਜਿਹੇ ਦਰਵਾਜ਼ੇ 'ਚ ਕਮਰੇ 'ਚ ਬੰਦ ਕਰਤਾ ਸੀ ਜਿੱਥੇ ਬਹੁਤੀ ਸਾਹ ਸੂਹ ਦਾ ਮਤਲਬ ਕਿ ਹਿਸਾਬ ਕਿਤਾਬ ਹੈ ਨਹੀਂ ਸੀ। ਅਤੇ 43 ਬੰਦੇ ਯਾਨੀ ਕਿ 43 ਲੋਕ ਸੀਗੇ ਜਿਹੜੇ ਵਿੱਚ ਮੇਲ ਫੀਮੇਲ ਸਾਰੇ, ਅਤੇ ਉਹ ਮਰ ਗਏ ਸੀਗੇ ਸਾਹ ਘੁੱਟਣ ਦੀ ਕਰਕੇ, ਤਾਂ ਕਰਕੇ ਉਹਨੂੰ ਬਲੈਕ ਹੋਲ ਦਾ ਨਾਮ ਦੇ ਦਿੱਤਾ ਗਿਆ ਇਸ ਦਿਨ ਇਸ ਟਾਈਮ ਨੂੰ। ਜ਼ੁਲਮ ਆਪਾਂ ਸਭ ਨੂੰ ਪਤਾ ਹੀ ਹੈ ਕਿ ਜਿਵੇਂ ਆਪਣਾ ਉਹ ਬਹੁਤ ਜ਼ਿਆਦਾ ਟੈਕਸ ਲੈਂਦੇ ਹੁੰਦੇ ਸੀਗੇ, ਹੈ ਨਾ, ਮੁਸਲਮਾਨ ਵੀ ਹੋ ਗਏ। ਅਤੇ ਉਹ ਫਿਰ ਬੰਦਾ ਸਿੰਘ ਬਹਾਦਰ ਜੀ ਨੇ ਉੱਥੋਂ ਫਤਿਹ ਕਰਕੇ ਸਰ, ਜਿਵੇਂ ਮਤਲਬ ਉਹ ਲੁੱਟਦੇ ਹੁੰਦੇ ਸੀਗੇ ਅਤੇ ਇਹ ਉਹਨਾਂ ਤੋਂ ਲੁੱਟ ਕੇ ਲਿਆ ਕੇ ਵਾਪਸ ਕਰ ਦਿੰਦੇ ਹੁੰਦੇ ਸੀ ਸਭ ਨੂੰ, ਮਤਲਬ ਉਹ ਸੀਨ ਸੀਗਾ। ਅਤੇ ਤਾਂ ਕਰਕੇ ਕਹਿੰਦੇ ਆ ਕਿ ਬੰਦਾ ਬਾਬਾ ਬੰਦਾ ਸਿੰਘ ਪਿਆ ਜਦੋਂ ਟੁੱਟ ਗਿਆ, ਹੈ ਨਾ। ਕਈ ਵਾਰ ਤਾਂ ਇੱਦਾਂ ਫੀਲ ਹੁੰਦਾ ਕਿ ਸਾਡਾ ਯਾਰ ਇਤਿਹਾਸ ਹੀ ਬਹੁਤ ਖਤਰਨਾਕ ਚੀਜ਼ ਆ, ਅਤੇ ਮਤਲਬ ਸਾਨੂੰ ਨਾ ਕੁਛ ਵੀ ਨਹੀਂ ਪਤਾ ਹੈਗਾ, ਸਾਨੂੰ ਪੁਆਇੰਟਸ 'ਚ ਪਤਾ, ਸਾਨੂੰ ਪਰਸੈਂਟੇਜ 'ਚ ਵੀ ਨਹੀਂ ਕਹਿ ਸਕਦੇ, ਹੈ ਨਾ, ਕਿ ਥੋੜ੍ਹੀ ਬਹੁਤ ਚੀਜ਼ਾਂ ਸਾਨੂੰ ਸਿਰਫ ਪਤਾ ਨਹੀਂ ਹੈ। ਸਦੀਆਂ ਪਿਸ਼ਾਵਰ ਨਾ ਮੁੜਿਆ, ਓਏ ਇੱਥੇ ਵੱਡੇ ਵੱਡੇ ਆ ਕੇ ਥਾਪੀ ਮਾਰਦੇ, ਓ ਜਦੋਂ ਹਰੀ ਸਿੰਘ ਨਲੂਆ ਸੀ ਭੁੱਕਿਆ, ਓ ਕਿਲੇ ਹਿੱਟ ਕੇ ਸੀ ਕਾਬਲ ਕੰਧਾਰ ਦੇ, ਓ ਨਾ ਕੇ ਮੌਤ ਦੇ ਆ ਰਹਾ ਉੱਤੇ ਠੋਕ ਕੇ, ਪਈਆਂ ਭਾਜਣਾ ਨਸ਼ੇਰੇ ਵਿੱਚ ਖਾਣ ਨੂੰ, ਜਿਹੜੇ ਤੋਪਾ ਥੱਲੇ ਮੋਢਾ ਦੇ ਕੇ ਮੁੱਕ ਗਏ, ਓ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਨੂੰ। ਹੁਣ ਮੋਢਾ ਥੱਲੇ ਦੇ ਕੇ ਮਤਲਬ ਤੋਪ ਥੱਲੇ ਮੋਢਾ ਦੇ ਕੇ
ਮੁੱਕ ਗਏ, ਪੁੱਛੀ ਉਹਨਾਂ ਕੋਲੋਂ ਮੁਲਤਾਨ ਕੀ, ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਨੂੰ, ਹੈ ਨਾ। ਇਹ ਸੀਗਾ ਕਿ ਇੱਕ ਨਾ ਤੋਪ ਸੀ, ਬਹੁਤ ਤਕੜੀ ਤੋਪ ਸੀ ਇਹਨਾਂ ਕੋਲ, ਸਿੱਖਾਂ ਕੋਲ ਆਪਣੇ ਕੋਲ। ਉਹ ਤੋਪ ਦਾ ਨਾ ਇੱਕ ਪਾਸੇ ਵਾਲਾ ਹੈਂਡਲ ਜਾਂ ਟਾਇਰ ਕਹਿ ਸਕਦੇ ਕੁਛ ਵੀ ਟੁੱਟ ਗਿਆ ਸੀਗਾ, ਅਤੇ ਉਹ ਤੋਪ ਸਿੱਧੀ ਨਹੀਂ ਸੀ ਰਹਿੰਦੀ। ਮੈਂ ਸਿੱਧੀ ਕਰ ਜੇ ਅਤੇ ਉਹ ਇੱਕ ਵਾਰੀ ਮਤਲਬ ਮੋਢਾ ਲਾ ਕੇ ਸਿੱਧੀ ਕਰੋ, ਅਤੇ ਜਦੋਂ ਤੋਪ ਦਾ ਝਟਕਾ ਇੰਨਾ ਤਕੜਾ ਸੀਗਾ ਕਿ ਮਤਲਬ ਬੰਦਾ ਉੱਡ ਜਾਂਦਾ ਸੀਗਾ ਉਹ ਸਿਰਫ, ਠੀਕ ਹੈ, ਜਿਹੜਾ ਖੜਦਾ ਸੀ। ਅਤੇ ਉੱਥੇ ਕੀ ਚੱਕਰ ਸੀ, ਉੱਥੇ ਸਿੱਖਾਂ ਦੇ ਵਿੱਚ ਇੰਨੀ ਭਾਜੜ ਮੱਚ ਗਈ ਸੀਗੀ ਕਿ ਮਤਲਬ ਮੈਂ ਮੋਢਾ ਪਹਿਲਾਂ ਦੇਣਾ, ਮੈਂ ਮੋਢਾ ਪਹਿਲਾਂ ਦੇਣਾ, ਇਹ ਚੀਜ਼ ਸੀਗੀ, ਠੀਕ ਆ। ਅਤੇ ਫਿਰ ਉਹ ਕਰਕੇ ਦੇ ਸਾਹਮਣੇ ਨਾ ਵੱਡਾ ਕਿਲਾ ਸੀਗਾ, ਅਤੇ ਉਹਦੀ ਦੀਵਾਰ ਤੋੜਨੀ ਸੀਗੀ, ਫਿਰ ਉਹ ਤੋੜ ਕੇ ਅਤੇ ਉਹਦੇ ਵਿੱਚ ਫਿਰ ਜਦੋਂ ਟੁੱਟ ਗਈ ਸੀਗੀ ਉਹ, ਅਤੇ ਉਸ ਤੋਂ ਬਾਅਦ ਫਿਰ ਸਿੱਖ ਅੰਦਰ ਗਏ ਸੀਗੇ, ਅਤੇ ਫਿਰ ਮੁਲਤਾਨ ਨੂੰ ਫਤਿਹ ਕੀਤਾ ਸੀਗਾ। ਮਤਲਬ ਕਿ ਨਾ ਜੰਗ ਵਾਸਤੇ, ਜਿੱਤਣ ਵਾਸਤੇ, ਸੱਚ ਦੇ ਖਿਲਾਫ ਲੜਨ ਵਾਸਤੇ ਸਿੱਖ ਕੌਮ ਸ਼ੁਰੂ ਤੋਂ ਹੀ ਮੁੱਢੀ ਰਹੀ ਹੈ। ਥੱਲੇ ਮੋਢਾ ਦੇ ਕੇ ਮੁੱਕ ਗਏ, ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਨੂੰ, ਉਹ ਜਿਹੜੇ ਤੋਪਾ ਥੱਲੇ ਮੋਢਾ ਦੇ ਕੇ ਮੁੱਕ ਗਏ, ਉਹ ਪੁੱਛੀ ਉਹਨਾਂ ਕੋਲੋਂ ਜਿੱਤੇ ਮੁਲਤਾਨ ਨੂੰ, ਉਹ ਪੀੜੇ ਪਾਣ ਦੇ ਚਬਾਏ ਤੱਕੀ ਖਾਣ ਨੂੰ, ਲੋਕ ਪਰਛੇ ਦੀ ਉੱਤੇ ਕੀਨੇ ਰੱਖ ਕੇ। ਇਹ ਨਾ ਤਕੀ ਖਾਨ ਸੀ ਜਿਹੜਾ, ਤਕੀ ਖਾਨ, ਠੀਕ ਹੈ, ਇਹ ਮਤਲਬ ਕੀ ਸੀਗਾ, ਜੰਗ ਹੋਈ ਸੀਗੀ, ਠੀਕ ਆ। ਅਤੇ ਉਦੋਂ ਮਤਲਬ ਮੈਨੂੰ ਇੱਕਦਮ ਨਾ ਨਾਂ ਬਹੁਤ ਛੇਤੀ ਭੁੱਲਦੇ ਆ, ਮੈਂ ਦੇਖਣਾ ਚਾਹੁੰਦਾ ਜੇ ਨਾਮ ਬੋਲ ਦਿੰਦੇ ਆ ਮੈਨੂੰ ਯਾਦ ਆ ਜਾਊਗਾ। ਜਿਹਦੇ ਕੋਲੋਂ ਸੀ ਪੰਜਾਬ ਸਾਰਾ ਕੰਮ ਪਤਾ, ਉਹਨੂੰ ਆਖਦੇ ਸੀ ਸਿੱਖ ਭਾਬੀ ਹੱਸ ਕੇ। ਮਤਲਬ ਇਹ ਤਾਂ ਮੈਨੂੰ ਮੈਨੂੰ ਭਾਬੀ ਵਾਲੀ ਲੈਂਦੇ ਤਾਂ ਮੈਨੂੰ ਪਤਾ ਨਹੀਂ, ਪਰ ਤੱਕੀ ਖਾਣ ਵਾਲਾ ਸੀਨ ਇਹ ਸੀਗਾ ਕਿ ਆਪਣੇ ਸਿੱਖਾਂ ਦਾ ਜਰਨੈਲ ਸੀਗੇ, ਉਹਨਾਂ ਨੇ ਕੀ ਕੀਤਾ, ਇਹ ਨਾ ਤੱਕੀ ਖਾਨ ਸੀਗਾ, ਉੱਪਰੋਂ ਲੈ ਕੇ ਥੱਲੇ ਤੱਕ ਨਾ ਸਾਰਾ ਲੋਹੇ ਦੇ ਕਵਚ ਸੀਗਾ। ਮਤਲਬ ਕਿ ਜਿੰਨਾ ਤੁਸੀਂ ਪਰਚਾ ਮਾਰ ਲਓ, ਕੁਛ ਵੀ ਮਾਰ ਲਓ, ਛੇਤੀ ਕੀਤੇ ਕੁਛ ਅਸਰ ਨਹੀਂ ਸੀ ਹੋਣਾ, ਸਿਰਫ ਇਹਦਾ ਫੇਸ ਅਨਕਵਰ ਸੀਗਾ, ਅਤੇ ਇਹਨਾਂ ਨੇ ਲਿਆ ਕੇ ਪਰਚਾ ਮਾਰਿਆ ਸੀ ਫਿਰ ਮੂੰਹ 'ਤੇ, ਅਤੇ ਲਹੂ ਲੁਹਾਣ ਹੋ ਗਿਆ ਸੀਗਾ, ਅਤੇ ਬਸ ਉਹ ਹੋ ਗਿਆ ਸੀ ਕੰਮ ਫਿਰ ਉਹਦਾ। ਉਸ ਚੀਜ਼ ਦੇ ਬਾਰੇ ਗੱਲ ਹੈ ਖਾਣ ਨੂੰ, ਲੋਕ ਪਰਛੇ ਦੀ ਉੱਤੇ ਕੀਨੇ ਰੱਖ ਕੇ, ਜਿਹਦੇ ਕੋਲੋਂ ਸੀ ਪੰਜਾਬ ਸਾਰਾ ਕੰਮ ਪਤਾ, ਉਹਨੂੰ ਆਖਦੇ ਸੀ ਸਿੱਖ ਭਾਬੀ ਹੱਸ ਕੇ। ਇਹ ਜਿਹੜੀ ਤੋਪ ਹੈ ਨਾ, ਇਹ ਮੈਂ ਉਹੀ ਤੋਪ ਹੈ ਜਿਹੜੀ ਸਟਾਰਟਿੰਗ 'ਚ ਵੀ ਇਹਨਾਂ ਨੇ ਦਿਖਾਈ ਹੈ ਇਹਦੇ ਵਿੱਚ, ਜਿਹੜੀ ਬਿਲਕੁਲ ਸਟਾਰਟਿੰਗ ਜਿੱਥੇ ਤੋਪ ਦੀ ਗੱਲ ਹੋਈ ਸੀ ਨਾ। ਇੱਥੇ ਰੁਕੋ ਇੱਕ ਮਿੰਟ। ਛੇੜ ਦਿੰਦਾ ਹੁੰਦਾ ਸੀ ਪਿਛੋਰ ਨੂੰ, ਉਹ ਲਿਖ ਰੁਕੀਆਂ ਦੇ ਉੱਤੇ ਸਰਦਾਰ ਜੀ, ਉਹ ਲਾਟ ਭੇਜਦਾ ਸੀ ਤੋਹਫੇ ਕੀ ਲਾਹੌਰ ਨੂੰ, ਉਹਦੀ ਸਤਲੁਜ ਟੱਪਕੇ ਨਾ ਕੰਪਿਆ। ਲੈਟ ਮੀ ਚੈੱਕ, ਮੈਂ ਨਾਮ ਭੁੱਲ ਗਿਆ ਸੀ ਉਹਦਾ ਤੋਪ ਦਾ। ਹਾਂ, ਪਠਾਣੀ ਤੋਪ, ਬੰਦਾ ਕਹਿੰਦੇ ਸੀ ਪਠਾਣੀ ਤੋਪ ਵਰਗਾ, ਹੈ ਨਾ। ਅਤੇ ਪਠਾਣੀ ਤੋਪ ਮਤਲਬ ਇਹ ਇਸ ਤੋਪ ਦੇ ਬਹੁਤ ਬਹੁਤ ਜ਼ਿਆਦਾ ਨਾਮ ਰੱਖੇ ਗਏ ਬੜੇ ਅਲੱਗ ਅਲੱਗ ਤਰੀਕੇ ਨਾਲ, ਅਤੇ ਇਹ ਤੋਪ ਦੇ ਸਿਰ 'ਤੇ ਸਿੱਖਾਂ ਨੇ ਬਹੁਤ ਸਾਰੀਆਂ ਜੰਗਾਂ ਜਿੱਤੀਆਂ ਨੇ। ਘਰਾਂ ਵਿੱਚੋਂ ਪਿੱਤਲ ਦੇ ਭਾਂਡੇ ਚੁੱਕ ਕੇ, ਦਸੋ ਬੱਚਿਆਂ ਨੂੰ ਸਾਰਾ ਗੜੀ ਜੰਗ ਦਾ, ਸਾਰਾ ਗੜੀ ਜੰਗ। ਉਹ ਜੰਗ ਨਹੀਂ ਹੈ ਜੋ ਅਕਸ਼ੇ ਕੁਮਾਰ ਨੇ ਦਿਖਾਈ ਆ, ਠੀਕ ਆ। ਸੋ ਨਾ ਇੰਨੇ ਪ੍ਰਭਾਵਿਤ ਹੋਵੋ ਕਿ ਉੱਥੇ ਬਾਹਲਾ ਰੋਮੈਂਸ ਚੱਲ ਰਿਹਾ ਸੀ ਜਾਂ ਰੋਮੈਂਟਿਕ ਹੋ ਰਹੇ ਸੀਗੇ, ਇੱਦਾਂ ਦਾ ਕੁਛ ਨਹੀਂ ਹੈਗਾ। ਬਹੁਤ ਖਤਰਨਾਕ ਚੀਜ਼ ਸੀ, 21 ਦਾ 10,000 ਦੇ ਮੂਹਰੇ ਲੜਨ ਵਾਸਤੇ ਮੈਦਾਨ 'ਚ ਉਤਰ ਜਾਣਾ ਹੀ ਉਹਨਾਂ ਦੀ ਜੰਗ ਦੀ ਜਿੱਤਣ ਦੀ ਨਿਸ਼ਾਨੀ ਸੀਗੀ। ਮਤਲਬ ਡਰਦੇ ਹੀ ਨਹੀਂ ਸੀਗੇ ਉਹਨਾਂ ਨੂੰ, ਮਤਲਬ ਨਹੀਂ ਤਾਂ 10,000 ਪਿੱਛੇ 21 ਬੰਦਾ ਕੁਛ ਵੀ ਨਹੀਂ ਹੁੰਦਾ ਯਾਰ, ਠੀਕ ਆ। ਉਹਨਾਂ ਨੇ ਕਹਿੰਦਾ ਹਜ਼ਾਰਾਂ ਕੁੱਟ ਕੇ, ਮੈਂ ਕਹਿੰਦਾ ਜੇ 21 ਬੰਦਿਆਂ ਨੇ ਫੜ ਕੇ 1,000 ਜਾਂ 1,000 ਵੀ ਮੈਂ ਜ਼ਿਆਦਾ ਕਹਿਤਾ, ਜਿਵੇਂ 500 ਬੰਦਾ ਜਾਂ ਕੋਈ 200-300 ਬੰਦਾ ਵੀ ਮਾਰਤਿਆ ਹੋਇਆ, 21 ਜਾਣੇ ਨਹੀਂ ਸਿਰਫ, ਤਾਂ ਬਹੁਤ ਵੱਡੀ ਅਚੀਵਮੈਂਟ ਹੁੰਦੀ ਆ, ਠੀਕ ਆ। 1,25,000 ਸੇ ਇੱਕ ਲੜਾਓ ਤਵੇ ਗੋਬਿੰਦ ਨਾਮ ਕਹਾਓ, ਹੈ ਨਾ। ਫਿਰ ਮਤਲਬ ਕੁਛ ਹੈ ਗੱਲਬਾਤ, ਹੈ ਨਾ। ਤਖਤੇ ਤੋਸ,
ਤਖ਼ਤੇ ਤੌਸ ਜੇ ਕਿਸੇ ਨੂੰ ਨਹੀਂ ਪਤਾ ਕਿੱਥੇ ਹੈ ਤਾਂ ਇਸ ਟਾਈਮ 'ਤੇ ਤਖ਼ਤੇ ਤੌਸ ਦਰਬਾਰ ਸਾਹਿਬ ਆਪਣੇ ਗੋਲਡਨ ਟੈਂਪਲ ਜਾਂ ਹਰਿਮੰਦਰ ਸਾਹਿਬ ਜਿਹਨੂੰ ਜਿਸ ਤਰੀਕੇ ਦਾ ਨਾਮ ਪਤਾ ਉਸ ਤਰੀਕੇ ਨਾਲ ਮੈਂ ਕਹਿ ਦਿੰਦਾ ਪਿਆ ਆ। ਜੇ ਤੁਸੀਂ ਐਂਟਰ ਹੁੰਦੇ ਹੋ ਜਦੋਂ ਆਪਾਂ ਮੇਨ ਦਰਵਾਜ਼ਾ ਜਿਹੜਾ ਇੱਧਰਲੇ ਪਾਸੇ ਆ ਨਾ ਜੋੜਾ ਘਰ ਵਾਲੇ ਪਾਸੇ ਆਪਾਂ ਐਂਟਰ ਹੁੰਦੇ ਹਾਂ ਅਤੇ ਸਾਹਮਣੇ ਆਪਣੇ ਦਰਬਾਰ ਸਾਹਿਬ ਦੇਖਦੇ, ਦਰਬਾਰ ਸਾਹਿਬ ਜੀ ਦੇ ਸਾਈਡ 'ਤੇ ਇੱਧਰਲੇ ਪਾਸੇ ਇੱਕ ਦੇਖ ਪੁਰਾਣੀ ਇੱਟ ਦਾ ਬਣਿਆ ਹੋਇਆ ਉੱਥੇ ਹੈ ਨਾ, ਜੱਸਾ ਸਿੰਘ ਆਹਲੂਵਾਲੀਆ ਜੀ ਦਾ ਸਾਹਮਣੇ ਰਾਮ ਯਾਰ ਜੱਸਾ ਸਿੰਘ ਰਾਮਗੜੀਆ ਜੀ ਜੱਸਾ ਗੜੀਆ ਜੱਸਾ ਸਿੰਘ ਆਹਲੂਵਾਲੀਆ ਜੀ ਦੋਨਾਂ ਵਿੱਚੋਂ ਕਿਸੇ ਇੱਕ ਦਾ ਉੱਥੇ ਹੈ। ਮਤਲਬ ਮੈਂ ਇੱਦਾਂ ਹੋ ਰਿਹਾ ਫਿਰ ਕਿ ਕਿਉਂ ਹੈ ਨਾ, ਅਤੇ ਉਹ ਉੱਥੇ ਉਹਨੂੰ ਬਹਿੰਦੇ ਹੁੰਦੇ ਸੀ, ਉਹਨਾਂ ਦਾ ਮਤਲਬ ਮਹਿਲ ਕਹਿ ਸਕਦੇ ਹੁੰਦੇ ਛੋਟਾ, ਅਤੇ ਉੱਥੇ ਉਹਨਾਂ ਦਾ ਆਪਣਾ ਦੀਵਾਨ ਸਾਜਦਾ ਹੁੰਦਾ ਸੀਗਾ ਅਤੇ ਉੱਥੇ ਤਖ਼ਤੇ ਤੌਸ ਪਿਆ ਆ। ਉੱਤੇ ਜਾਣ ਜਾਣ ਦਿੰਦੇ ਨੇ ਪਰ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਹੈਗਾ, ਸੋ ਉੱਥੇ ਜ਼ਰੂਰ ਦੇਖਿਓ ਤੁਸੀਂ ਜਿੱਥੇ ਸਾਹਮਣੇ ਲੋਕ ਇਸ਼ਨਾਨ ਕਰਦੇ ਆ ਨਾ, ਬਿਲਕੁਲ ਉਹਦੇ ਸਾਹਮਣੇ ਇੱਧਰਲੇ ਪਾਸੇ ਤੁਸੀਂ ਬੈਕ 'ਤੇ ਦੇਖਿਓ ਕਿ ਕੱਚੀ ਅੱਟਾਂ ਦੀ ਬਿਲਡਿੰਗ ਆ। ਤੁਸੀਂ ਆਪਣੇ ਲੰਗਰ ਹਾਲ ਵਾਲੇ ਪਾਸਿਓਂ ਲੰਗਰ ਹਾਲ ਵਾਲੇ ਪਾਸੇ ਆਪਾਂ ਜਾ ਰਹੇ, ਉੱਥੇ ਕੈਂਪਰ ਲੱਗਾ ਹੈ ਨਾ ਪਾਣੀ ਵਾਲਾ, ਉਹਦੇ ਤੋਂ ਪਹਿਲਾਂ ਇੱਕ ਗਲੀ ਜਾਂਦੀ ਅੰਦਰ ਛੋਟੀ ਜੀ, ਉੱਧਰੋਂ ਜਾ ਕੇ ਤੁਸੀਂ ਦੇਖ ਸਕਦੇ ਹੋ। ਪਿੱਛੇ ਬਹੁਤ ਕੁਛ ਆ ਇਹਨਾਂ ਦਾ, ਜੱਸਾ ਸਿੰਘ ਜੀ ਦਾ ਉੱਥੇ ਮਤਲਬ ਆਪਣਾ ਬੈਂਡ ਦਾ ਉਹਨਾਂ ਦਾ ਆਪਣਾ ਤਖ਼ਤ ਆ ਜਿੱਥੇ ਆਪ ਬਹਿੰਦੇ ਹੁੰਦੇ ਸੀਗੇ ਹੈ ਨਾ, ਤਖ਼ਤੇ ਤੌਸ ਵੀ ਉੱਥੇ ਲੱਗਿਆ ਹੋਇਆ ਅਤੇ ਪੁਰਾਣੇ ਦਰਵਾਜ਼ੇ ਕੁਛ ਤੁਹਾਨੂੰ ਦੇਖਣ ਨੂੰ ਮਿਲ ਸਕਦਾ, ਗੁਫਾਵਾਂ ਕੁਛ ਥੱਲੇ ਸਾਡੀਆਂ ਠੀਕ ਆ, ਅਤੇ ਹੋ ਸਕਦਾ ਸੰਤ ਪਿੰਡਰਾਂ ਵਾਲੇ ਵੀ ਉੱਥੇ ਬਹਿੰਦੇ ਹੋਣਗੇ ਹੈ ਨਾ ਕਦੀ, ਅਤੇ ਨਾਈਸ ਅੱਗੇ ਦੇਖਦੇ ਹਾਂ। ਆਸ਼ਕੀ ਚ ਚਿੱਟਾ ਤਾਜ ਬਣਿਆ ਉਹ ਤਾਂ ਮਰ ਗਈ ਸੀ 14ਵੇਂ ਨੂੰ ਜੰਮ ਕੇ, ਕਿਉਂਕਿ ਇਹਦਾ ਚਲੋ ਆਪਾਂ ਸਭ ਨੂੰ ਪਤਾ ਹੀ ਹੈ ਕਿ ਸ਼ਾਹਜਹਾਂ ਨੇ ਇਹਨੂੰ ਕੀ ਨਾਮ ਨੂਰਜਹਾਂ ਹੀ ਸੀ ਸ਼ਾਇਦ ਇਹਦਾ ਨਾਮ ਹੈ ਨਾ, ਕਿ ਕੁਛ ਜੋ ਵੀ ਸੀ, ਚਲੋ ਯਾਰ ਇਹਨਾਂ ਨੂੰ ਮੁਸਲਮਾਨਾਂ ਦਾ ਬਹੁਤੇ ਮੈਂ ਪਰਵਾਹ ਕਰਦਾ ਨਹੀਂ, ਕਿਉਂਕਿ ਇਹਦਾ ਯਾਰ ਇਹ ਤਾਂ ਮਤਲਬ ਨਾ ਗੰਦੇ ਰਾਜੇ ਸੀਗੇ ਠੀਕ ਹੈ, ਸੋ ਇਹਨਾਂ ਦਾ ਇਤਿਹਾਸ ਇੰਨਾ ਯਾਦ ਰੱਖਣ ਦਾ ਫਾਇਦਾ ਵੀ ਕੋਈ ਨਹੀਂ। ਪਰ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿ 14 ਨਿਆਣੇ ਸੀਗੇ ਇਹਨਾਂ ਦੇ, ਅਤੇ ਉਸ ਤੋਂ ਬਾਅਦ ਇਹ 14ਵੇਂ ਨੂੰ ਜੰਮਦੇ ਜੰਮਦੇ ਇਹਨਾਂ ਦੀ ਡੈਥ ਹੋ ਗਈ ਸੀਗੀ, ਬਿਮਾਰ ਸੀਗੇ ਪਰ ਫਿਰ ਵੀ ਇਹਨੇ ਕੀ ਨਾਮ ਹੈ ਸ਼ਾਹਜਹਾਂ ਨੇ ਮਤਲਬ ਕੋਈ ਪਰਵਾਹ ਨਹੀਂ ਸੀ ਕੀਤੀ, ਅਤੇ ਇਹ ਐਕਚੁਅਲ 'ਚ ਖੋ ਕੇ ਲਿਆਇਆ ਸੀਗਾ। ਇਹਨਾਂ ਦਾ ਨਾ ਵਿਆਹ ਕਿਤੇ ਹੋਰ ਹੋਇਆ ਸੀ, ਕਿਸੇ ਹੋਰ ਰਾਜੇ ਨਾਲ ਵਿਆਹ ਹੋਇਆ ਸੀਗਾ, ਅਤੇ ਉਹਦੇ ਕੋਲੋਂ ਖੋ ਕੇ ਲਿਆਇਆ ਸੀਗਾ ਕਿ ਮੈਨੂੰ ਸੋਹਣੀ ਲੱਗੀ ਆ, ਮੈਨੂੰ ਪਿਆਰ ਪਿਆਰੀ ਲੱਗੀ ਆ ਤਾਂ ਮੈਂ ਰੱਖਣੀ ਆ, ਮਤਲਬ ਇੱਦਾਂ ਕਰਕੇ। ਸੋ ਜੇ ਕਿਸੇ ਨੂੰ ਖੋਲਵੇ ਕੋਈ ਮਰਦ ਹੈ ਨਾ ਤਾਂ ਉਹ ਪਿਆਰ ਨਹੀਂ ਹੈਗਾ, ਕਿਸੇ ਔਰਤ ਨੂੰ ਕਿਸੇ ਹੋਰ ਮਰਦ ਕੋਲ ਖੋ ਕੇ ਆਪਣੇ ਕੋਲ ਲਿਆਉਣਾ ਉਹ ਇਸ਼ਕ ਨਹੀਂ ਹੈਗਾ। ਚਿੱਟਾ ਤਾਜ ਬਣਿਆ ਉਹ ਤਾਂ ਮਰ ਗਈ ਸੀ 14ਵੇਂ ਨੂੰ ਜੰਮ ਕੇ, ਤੋਪਾਂ ਕੱਚੀਆਂ ਦੇ ਨਾਲ ਫੇਰ ਕਰਕੇ ਫਤਿਹ ਕਰ ਲਿਆ ਤੇ ਬਦਲ ਦਾਖ ਨੂੰ। ਤੋਪਾਂ ਕੱਚੀਆਂ ਦਾ ਮਤਲਬ ਇਹ ਹੁੰਦਾ ਕਿ ਜਿਹੜੀ ਤੋਪ ਇੱਕੋ ਵਾਰੀ ਫਾਇਰ ਕਰਦੀ ਹੈ ਨਾ, ਜੇ ਮਤਲਬ ਇੱਕੋ ਵਾਰੀ ਉਹਨੇ ਗੋਲਾ ਮਾਰਿਆ ਅਤੇ ਉਸ ਤੋਂ ਬਾਅਦ ਤੋਪ ਬੇਕਾਰ ਹੋ ਜਾਂਦੀ ਹੈ, ਉਹ ਤੋਪ ਦਾ ਇਹ ਗੱਲ ਕੀਤੀ ਗਈ ਹੈ ਇਹਦੇ ਵਿੱਚ ਠੀਕ ਹੈ। ਅਤੇ ਅਜੋ ਆਪਾਂ ਸਟਾਰਟ ਕਰਦੇ ਅੱਗੇ ਅੱਗੇ ਜਿਹੜੇ ਵੱਡੇ ਵੱਡਿਆਂ ਨੂੰ ਕੇ ਕੁੱਟ ਕੇ ਹੋਇਆਖ ਨਲੂਆ ਡਰਾਉਂਦੇ ਨੇ ਜਵਾਕ ਜਿਹੜੇ ਵੱਡੇ ਵੱਡੇ। ਇਹ ਅਫਗਾਨੀਆਂ ਦੀ ਗੱਲਾਂ ਨੇ ਮਤਲਬ ਠੀਕ ਹੈ, ਕਿ ਜਿਵੇਂ ਅਫਰੀਦੀ ਹੋਰੀ ਹੋ ਗਏ, ਅਫਗਾਨੀ ਹੋ ਗਏ ਉਧਰਲੀ ਠੀਕ ਆ, ਉਹ ਮਤਲਬ ਕਿ ਆਪ ਜਿਹੜੇ ਇੰਨਿਆਂ ਨੂੰ ਮਤਲਬ ਉਹਨਾਂ ਨੇ ਜੱਗਾਂ ਜਿੱਤੀਆਂ ਇੰਨਾ ਕੁਛ ਆ ਕਿ ਅਫਗਾਨ ਤੋਂ ਜਿੱਤਣਾ ਬਹੁਤ ਔਖਾ ਆ ਹੈ ਨਾ, ਅਤੇ ਉੱਥੇ ਮਤਲਬ ਉਹ ਅੱਜ ਉਹ ਆਪਣੇ ਨਿਆਣਿਆਂ ਨੂੰ ਇਹ ਕਹਿ ਕੇ ਸੁਆਉਂਦੇ ਹੁੰਦੇ ਸੀਗੇ ਕਿ ਸੋ ਜਾਓ ਨਹੀਂ ਤਾਂ ਨਲੂਆ ਆਜੂਗਾ ਹੈ ਨਾ। ਬਹੁਤ ਬਹੁਤ ਵੱਡੀਆਂ ਗੱਲਾਂ ਨੇ ਇਹ, ਅਸੀਂ ਹੁਣ ਛੱਡ ਚੁੱਕੇ ਹਾਂ ਸਾਰਾ ਕੁਛ, ਥੋੜ੍ਹਾ ਅਸੀਂ ਸਿੱਖ ਹੋ ਗਏ ਨਾ ਕਿਸੇ ਹੋਰ ਪਾਸੇ ਅੱਜ ਉਲਝੇ ਹੋਏ ਹਾਂ, ਅਸੀਂ ਇਹ ਚੀਜ਼ਾਂ ਛੱਡ ਚੁੱਕੇ ਹਾਂ। ਦੇਖੀ ਹੋਣੀ ਹੈ ਨਾ, ਉਹਦੇ ਨਾਲ ਮਤਲਬ ਮਹਾਰਾਜਾ ਰਣਜੀਤ ਸਿੰਘ ਨੂੰ ਅਤੇ ਹਰੀ ਸਿੰਘ ਨਲੂਆ ਨੂੰ ਤੋਲਿਆ ਜਾਂਦਾ ਸੀਗਾ ਕਿ ਜਿਵੇਂ ਸਪਾਰਟਨ ਸੀਗੇ ਕਿ ਬਹੁਤ ਖਤਰਨਾਕ ਲੜਾਕੂ, ਕਿ ਜੇ ਜੱਗ 'ਚ ਵੜ ਕੇ ਤਾਂ ਜਿੱਤ ਕੇ ਮੁੜਨਗੇ, ਉਧਰ ਨਾਲ ਇਹਨਾਂ ਨੂੰ ਕੰਪੇਅਰ ਕੀਤਾ ਜਾਂਦਾ ਸੀਗਾ।
ਆ ਖਿਤਾਬੇ ਅਬਦਾਲੀ ਤੋਂ ਉਹ ਕੁੜੀਆਂ ਕੁਆਰੀਆਂ ਦੇ ਘਰ ਦੱਸ ਕੇ ਹਲਾਕੂ ਵਾਲੀ ਮੌਤ ਦੱਸੋ ਕੌਣ ਮਰਿਆ ਘੋੜੇ ਦੀ ਰਕਾਬ ਵਿੱਚ ਪੈਰ ਫਸ ਕੇ ਸਾਨੂੰ ਕੱਲੂ ਕਾਰੇ ਵੱਡੇ ਵੱਡੇ ਭੁੱਲ ਗਏ ਮੈਨੂੰ ਪਿੱਛੇ ਇੰਨਾ ਨਹੀਂ ਪਤਾ ਹੈਗਾ ਕਿ ਘੋੜਿਆਂ ਦੀ ਉਹਦੇ ਵਿੱਚ ਕਿਹਦਾ ਪੈਰ ਫਸ ਕੇ ਕੌਣ ਮਰੇ ਸੀ ਮੈਨੂੰ ਇਹ ਤਾਂ ਮੈਨੂੰ ਨਹੀਂ ਪਤਾ ਬਟ ਚਲੋ ਅੱਗੇ ਦੇਖਦੇ ਹਾਂ ਤੇ ਇੰਨਾ ਮੈਨੂੰ ਜ਼ਰੂਰ ਪਤਾ ਕਿ ਅਬਦਾਲੀ ਨੂੰ ਜਿਹਨੇ ਕੁੜੀਆਂ ਕੁਵਾਰੀਆਂ ਦੇ ਘਰ ਦੱਸੇ ਸੀਗੇ ਨਾਮ ਦੱਸੇ ਸੀਗੇ ਉਹ ਇੱਕ ਫੀਮੇਲ ਸੀਗੀ ਪਰ ਨਾਮ ਨਹੀਂ ਮੈਨੂੰ ਯਾਦ ਹੈਗਾ ਦੱਸ ਕੇ ਹਲਾਕੂ ਵਾਲੀ ਮੌਤ ਦੱਸੋ ਕੌਣ ਮਰਿਆ ਘੋੜੇ ਦੀ ਰਕਾਬ ਵਿੱਚ ਪੈਰ ਫਸ ਕੇ ਸਾਨੂੰ ਕੱਲੂ ਕਾਰੇ ਵੱਡੇ ਵੱਡੇ ਭੁੱਲ ਗਏ ਚੇਤੇ ਕੌਣ ਰੱਖੇ ਘਟਨਾਵਾਂ ਛੋਟੀਆਂ ਮਤਲਬ ਸਾਡੇ ਤੇ ਯਾਰ ਹਮਲੇ ਹੀ ਹੁੰਦੇ ਰਹੇ ਨੇ ਹਨਾ ਸਿੱਖ ਸਿੱਖ ਬੈਠੇ ਰੋਟੀ ਵੀ ਖਾਣ ਡੇ ਤੇ ਉੱਥੇ ਵੀ ਹਮਲੇ ਕਰ ਦਿੰਦੇ ਹੁੰਦੇ ਸੀ ਸਾਡੇ ਤੇ ਹਨਾ ਚਾਹੇ ਕੋਈ ਵੀ ਕੌਮ ਹੋਵੇ ਕੋਈ ਵੀ ਮਤਲਬ ਕਿ ਤੁਸੀਂ ਲਾ ਲਓ ਕਿਸੇ ਵੀ ਧਰਮ ਦਾ ਕੋਈ ਵੀ ਕੌਮ ਕੁਛ ਵੀ ਆ ਹਰ ਕਿਸੇ ਨੇ ਸਿੱਖਾਂ 'ਤੇ ਹਮਲਾ ਕੀਤਾ ਹੀ ਕੀਤਾ ਮਤਲਬ ਰੋਟੀਆਂ ਖਾਂਦਿਆਂ ਨੂੰ ਵੀ ਨਹੀਂ ਸੀ ਬਖਸ਼ਦੇ ਹੁੰਦੇ ਹਨਾ ਵਿਚਾਰੇ ਰੋਟੀਆਂ ਛੱਡ ਕੇ ਵੀ ਲੜਨ ਚੱਲ ਜਾਂਦੇ ਹੁੰਦੇ ਸੀ ਸਿੱਖ ਢਾਲਾਂ ਉੱਤੇ ਢਾਲ ਜਿਵੇਂ ਵੱਡੇ ਵੱਡੇ ਪੱਥਰ ਪੱਥਰ ਹੀ ਕਹਿ ਸਕਦੇ ਹਾਂ ਨਾ ਜਿਵੇਂ ਆਪਾਂ ਜਾਂ ਫਿਰ ਜਿਵੇਂ ਹੋਰ ਢਾਲ ਕਿਹਨੂੰ ਕਹਿ ਸਕਦੇ ਆਪਾਂ ਚਲੋ ਦੇਖਦੇ ਅੱਗੇ ਮੇਰੇ ਸਾਡਾ ਪੱਥਰ ਹੁੰਦਾ ਬਾਕੀ ਦੇਖਦੇ ਬਾਕੀ ਸਭ ਕੁਛ ਠੀਕ ਆ ਥੋੜ੍ਹੀ ਨਾ ਪਿਕਚਰਸ ਹੋਰ ਯੂਜ਼ ਕਰ ਲੈਣੇ ਚਾਹੀਦੇ ਸੀ ਵਿੱਚ ਮਤਲਬ ਇੱਕ ਦੋ ਵਾਰੀ ਰਿਪੀਟ ਹੋ ਗਿਆ ਪਿਕਚਰਸ ਹਨਾ ਕਿਉਂਕਿ ਬਹੁਤ ਇਤਿਹਾਸ ਪਿਆ ਬਥੇਰੀਆਂ ਪਿਕਚਰਸ ਨੇ ਥੋੜ੍ਹੀ ਜਿਹਾ ਪਿਕਚਰਸ ਹੋਰ ਆ ਜਾਂਦੇ ਥੋੜ੍ਹਾ ਇੰਟਰਸਟ ਮੰਨਦਾ ਰਹਿੰਦਾ ਬੰਦੇ ਦਾ ਉਹ ਪੱਤਾ ਪੱਤਾ ਜਦੋਂ ਸਾਡਾ ਵੈਰੀ ਹੋ ਗਿਆ ਉਹ ਲੋਕਾਂ ਨਾਲੋਂ ਵੇਚ ਦਿੱਤੇ ਸੀਸ ਵੱਢ ਕੇ ਹਾਂ ਮਰੇ ਹੋਏ ਸਿੰਘਾਂ ਦੇ ਜਿਵੇਂ ਰਾਜੇ ਸੀਗੇ ਮੁਸਲਮਾਨ ਉਹ ਨਾ ਇਨਾਮ ਦਿੰਦੇ ਹੁੰਦੇ ਸੀਗੇ ਕਿ ਕੋਈ ਵੀ ਆਮ ਇਨਸਾਨ ਹੋਵੇ ਭਾਵੇਂ ਕੋਈ ਵਾਰੀਅਰ ਹੋਵੇ ਜਾਂ ਕੁਛ ਵੀ ਹੋਵੇ ਜਾ ਕੇ ਸਿੱਖਾਂ ਦੇ ਜੇ ਗਲ ਵੱਢ ਕੇ ਲਿਆਊਗਾ ਤਾਂ ਪੈਸੇ ਮਿਲਣਗੇ ਹਨਾ ਮਤਲਬ ਕਿ 20 ਜਾਂ 30 ਰੁਪਏ ਕੁਛ ਦਿੰਦੇ ਹੁੰਦੇ ਸੀਗੇ ਉਹਦੇ ਤੇ ਉਹ ਸਿੱਕੇ ਮਤਲਬ ਜਦੋਂ ਸਿੱਕੇ ਕਹਿੰਦੇ ਚਲੋ ਆਪਾਂ ਤੇ ਇਹ ਕੀ ਕਰਦੇ ਹੁੰਦੇ ਸੀਗੇ ਮਰੇ ਹੋਏ ਸਿੱਖਾਂ ਦੇ ਵੀ ਗਲ ਵੱਢ ਕੇ ਲਿਜਾ ਕੇ ਨਾ 20-30 ਸਿੱਕੇ ਜਿਹੜੇ ਮਿਲਦੇ ਹੁੰਦੇ ਸੀ ਉਹ ਲੈ ਆਉਂਦੇ ਹੁੰਦੇ ਸੀਗੇ ਇਹ ਹਾਲ ਹੋਇਆ ਪਿਆ ਜਿਹੜਾ ਸੂਰਮਾ ਕਹਾਉਂਦਾ ਪਾਣੀ ਪੱਤਦਾ ਉਹ ਸਿੰਘਾਂ ਇੱਕੋ ਪੱਛੇ ਆਮਦਾਨ ਛੱਡ ਕੇ ਸਤਿਗੁਰ ਸਿੰਘਾਂ ਇਹ ਹੈਗੇ ਨੇ ਮਰਾਠੇ ਮਰਾਠਿਆਂ ਨੇ ਬਹੁਤ ਕੋਸ਼ਿਸ਼ ਕੀਤੀ ਸੀ ਕਿ ਅਸੀਂ ਸਿੱਖਾਂ ਦੇ ਕਾਬਲ ਹੋ ਜਾਈਏ ਸਿੱਖਾਂ ਵਰਗੇ ਹੋਏ ਸਿੱਖਾਂ ਤਗੜੇ ਹੋ ਜਾਈਏ ਪਰ ਨਾ ਹਾਂ ਪਾਣੀਪਤ ਵਾਲੇ ਰਾਜੇ ਵੀ ਘੱਟ ਨਹੀਂ ਸੀਗੇ ਬਟ ਨਹੀਂ ਸੀ ਕਿਤੇ ਕਿਤੇ ਗੱਲ ਬਣਦੀ ਹੁੰਦੀ ਸੂਰਾ ਤੱਕ ਪਾ ਗਿਆ ਭੁੱਲ ਕੇ ਪਠਾਨ ਕਹਿੰਦੇ ਅੱਤ ਚੁੱਕਣੀ ਉਹ ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿੱਥੋਂ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ ਉਹ ਕੁੜੀਆਂ ਸੀ ਕਹਿੰਦੇ ਉੱਥੇ ਸੇਫ ਹੁੰਦੀਆਂ ਜਿੱਥੋਂ ਤੱਕ ਪਾਉਂਦੇ ਸਿੰਘ ਪੱਗ ਸੁੱਕਣੀ ਪੱਗ ਸੁੱਕਣੀ ਦਾ ਸੈਂਸ ਇਹ ਬਣਦਾ ਆ ਕਿ ਜਿੱਥੇ ਤੱਕ ਮਤਲਬ ਸਰਦਾਰ ਰਹਿੰਦੇ ਸੀ ਜਿੱਥੇ ਤੱਕ ਸਰਦਾਰਾਂ ਦੀ ਪਹੁੰਚ ਸੀਗੀ ਹੈਨਾ ਕਿ ਮਤਲਬ ਸਿੱਖਾਂ ਦਾ ਰਾਜ ਹੈ ਜਾਂ ਕੁਛ ਵੀ ਕਿ ਇੱਥੇ ਸਿੱਖ ਵੱਸਦੇ ਨੇ ਉੱਥੇ ਇੱਜ਼ਤਾਂ ਨਹੀਂ ਸੀ ਲੁੱਟੀਆਂ ਜਾਣ ਦਿੰਦੇ ਹੁੰਦੇ ਹਨਾ ਇਹ ਅਤੇ ਮਤਲਬ ਉਸ ਚੀਜ਼ ਉੱਤੇ ਬਾਕੀ ਬਹੁਤ ਜ਼ਿਆਦਾ ਮੈਂ ਐਕਸਪਲੇਨ ਕਰ ਵੀ ਦਿੱਤਾ ਆ ਤੁਸੀਂ ਬਾਕੀ ਜੇ ਐਕਸਪਲੇਨੇਸ਼ਨ ਕਿਤੇ ਕਿਤੇ ਕਿਉਂਕਿ ਮੈਂ ਨਾਮ ਨੂੰ ਭੁੱਲ ਗਿਆ ਸੀ ਥੋੜ੍ਹੇ ਜਿਹੇ ਅਤੇ ਐਕਸਪਲੇਨੇਸ਼ਨ ਪੁਰਾਣਾ ਪੰਜਾਬ ਚੈਪਟਰ 2 ਸਾਹਮਣੇ ਹੈਗੀ ਆ ਉਹਦੇ 'ਤੇ ਤੁਸੀਂ ਜ਼ਰੂਰ ਸਾਰੇ ਜਾਣੇ ਜਾ ਕੇ ਦੇਖੋ ਕਿਉਂਕਿ ਆਪਣੇ ਅੰਦਰ ਵੀ ਲਾਲਸਾ ਪੈਦਾ ਕਰੋ ਕਦੋਂ ਤੱਕ ਤੁਸੀਂ ਕਮੈਂਟਾਂ 'ਚ ਕਹਿਣਾ ਕਿ ਬਾਈ ਤੁਸੀਂ ਥੋੜ੍ਹੀ ਬਹੁਤ ਤੁਸੀਂ ਉਹ ਦੱਸ ਦਿਆ ਕਰੋ ਹਨਾ ਗੱਲ ਕੀ ਹੁੰਦੀ ਹੁਣ ਸਾਰਾ ਕੁਛ ਸਾਨੂੰ ਵੀ ਨਹੀਂ ਯਾਦ ਰਹਿੰਦਾ ਹੈਗਾ ਸਾਡੇ ਵੀ ਕਾਲਜ ਹੁੰਦੇ ਆ 100 ਚੀਜ਼ਾਂ ਹੁੰਦੀਆਂ ਨੇ ਅਤੇ ਇੰਨਾ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਹੈਗੀਆਂ ਕਿਉਂਕਿ ਅਸੀਂ ਕੋਈ ਜਿਵੇਂ ਕੀ ਕਹਿੰਦੇ ਕਿ ਹਿਸਟਰੀ ਦਾ ਕੋਈ ਉਹ ਨਹੀਂ ਪੜ੍ਹਿਆ ਨਹੀਂ ਹੈਗਾ ਇੱਧਰ ਉੱਧਰੋਂ ਗੱਲਾਂ ਹੀ ਸੁਣੀਆਂ ਹੁੰਦੀਆਂ ਨੇ ਉੱਥੋਂ ਥੋੜ੍ਹਾ ਜਿਹਾ ਜਿੰਨਾ ਕੁ ਯਾਦ ਰਹਿੰਦਾ ਉਹਨਾਂ ਦੇ ਦੱਸ ਦੀਦਾ ਅਤੇ ਬਾਕੀ ਦੈਟਸ ਗੁੱਡ ਬਹੁਤ ਸੋਹਣਾ ਕੰਮ ਕਰ ਰਿਹਾ ਵਿਰਾਸਤ ਬਾਈ ਬਹੁਤ ਸੋਹਣਾ ਲਿਖਿਆ ਆਪਣੇ ਸਤਿਗੁਰ ਵੀਰੇ ਨੇ ਅਤੇ ਸੁੱਖ ਬਰੜ ਬਾਈ ਬਹੁਤ ਸੋਹਣਾ ਮਿਊਜ਼ਿਕ ਹੈ ਯਾਰ ਤੁਹਾਡਾ ਬਿਲਕੁਲ ਮਤਲਬ ਕਿ ਨਾ ਜਿਵੇਂ ਜੋਸ਼ ਚੜਾ ਦਿੰਦਾ ਗਾਣਾ ਇੱਕ ਵਾਰੀ ਹੈ ਨਾ ਸੁਣ ਕੇ ਅਤੇ ਦੈਟਸ ਆਲ ਮਿਲਦੇ ਛੇਤੀ ਨਵੇਂ ਰਿਐਕਸ਼ਨ ਦੇ ਨਾਲ ਸਤਿ ਸ਼੍ਰੀ ਅਕਾਲ